इश्क दे महक में मैं बड़िया, अगों इश्क ने मेरी रसाई लुट लई। पोह दे महीने दी कड़ाके दी ठंड, कोरे नाल ढकियां दिल्ली दियां सड़कां, धुप्प दा किते भी नामो निशान नहीं। दिल्ली दे कोल शायद ही कोई अजिहा बार्डर बचिया होवे जिथे किसान अंदोलन दे कदमां दे निशान ना होण। मैं गया इश्क कोल दाद खातिर, पर उसने मेरी दनाई लुट लई। इस कड़ाके दी ठंड विच बच्चियां तो लैके बजुर्गां तक अपनियां मंगां नूं पूरा करवाउण लई संघर्ष कर रहे ने किसानी परिवार। साडे बजुर्ग पढ़े नहीं सी, असीं थोड़े पढ़े, ते साडे बच्चे तीन तीन डिग्रियां करी जांदे, साडे बच्चियां नूं कोई नौकरी नहीं, ते बच्चे साडे खेती च लगे, ये साडी खेती जमीनां भी खोण लग पए। सितंबर महीने तो तीन खेतीबाड़ी कानूनों का विरोध शुरू होया, जो पहला पंजाब अते हरियाणा तक सीमित सी, पर 26 नवंबर नू दिल्ली चलो दे नारे नाल हजारां किसान दिल्ली दे टिकरी गाजीपुर सिंघू बार्डर ते आ गए अते हौली हौली ये अंदोलन सारे देश विच फैल गया ते सारा देश इस अंदोलन विच शामिल हो गया। ਦੁਖਸਰੀ ਤਾਂ ਹੈਗੀ, ਹੁਣ ਜਾਣਾ ਪੈਂਦਾ, ਠੰਡ ਦੇ ਵਿੱਚ ਮਰਦਾ ਆ, ਇੱਥੇ ਮਰ ਜਾਂਦੇ ਹੋਰ ਕੀ ਹੋਊ। ਉਹ ਤੇਰਾ ਕੀ ਲੁੱਟਿਆ ਅਜੇ ਬੁੱਲਿਆ, ਇਸ ਆਪਣਿਆਂ ਤੋਂ ਦੂਰ ਟਰਾਲੀਆਂ ਵਿੱਚ ਮਹੀਨਿਆਂ ਤੋਂ ਰਹਿ ਰਹੇ ਕਿਸਾਨਾਂ ਦੀ ਰੂਟੀਨ ਦਾ ਹਿੱਸਾ ਹੈ ਕਿ ਉਹ ਕੜਕ ਦੀ ਠੰਡ ਵਿੱਚ ਵੀ ਮੂੰਹ ਹਨੇਰੇ ਉੱਠ ਕੇ ਖੁੱਲ੍ਹੇ ਵਿੱਚ ਨਹਾ ਕੇ ਲੰਗਰ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਵਾਰ ਵਾਰ ਨਸ਼ੇੜੀ ਕਿਹਾ ਜਾਂਦਾ ਸੀ, ਪਰ ਇਸ ਅੰਦੋਲਨ ਵਿੱਚ ਉਹੀ ਨੌਜਵਾਨ ਬਜ਼ੁਰਗਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਆਪਣੀ ਸੇਵਾ ਨਿਭਾ ਰਹੇ ਹਨ, ਆਪਣੀ ਹੋਂਦ ਦਾ ਅਹਿਸਾਸ ਕਰਵਾ ਰਹੇ ਹਨ। ਭਾਰਤੀ ਲੋਕਤੰਤਰ ਵਿੱਚ ਇਹ ਅੰਦੋਲਨ ਨੇ ਅਲੱਗ ਪਹਿਚਾਣ ਬਣਾਈ ਹੈ। ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਗੱਲਬਾਤ ਨਾਲ ਕੋਈ ਵਿਚਕਾਰਲਾ ਰਸਤਾ ਨਿਕਲੇ, ਜਦਕਿ ਅੰਦੋਲਨ ਕਰ ਰਹੇ ਕਿਸਾਨਾਂ ਨੇ ਕਾਨੂੰਨ ਰੱਦ ਕਰਨੇ ਤੋਂ ਇਲਾਵਾ ਕਿਸੇ ਵੀ ਵਿਕਲਪ ਦੀ ਗੱਲ ਨਹੀਂ ਕੀਤੀ। ਇਹੀ ਗੱਲ ਕਹਿੰਦੇ ਆ ਵੀ ਜਿੰਨਾ ਚਿਰ ਸਾਡਾ ਕੋਈ ਕਰਦਾ ਨੀਗਾ, ਨਿਬੇੜਾ ਨਹੀਂ ਕਰਦਾ, ਉਹਨਾਂ ਚਿਰ ਇੱਥੇ ਬੈਠੇ ਰਹਿਣਾ, ਭਲਾ ਅੱਧੀ ਰੋਟੀ ਖਾਜੇ, ਭਲਾ ਸਾਫਤੀ ਖਾਜੇ, ਭਲਾ ਭੁੱਖੇ ਹੀ ਬੈਠੇ ਰਹਿਜੇ, ਸਾਡਾ ਇਹੀ ਕਹਿਣਾ। ਕਿੰਨਾ ਮੁਸ਼ਕਲ ਹੁੰਦਾ ਹੈ ਮਹੀਨਿਆਂ ਤੱਕ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ, ਪਰ ਇਹ ਉਹੀ ਸਿੱਖ ਕੌਮ ਹੈ ਜਿਨ੍ਹਾਂ ਦੇ ਵਡੇਰਿਆਂ ਨੇ ਮੁਗਲਾਂ ਨੂੰ ਭਾਰਤ ਤੋਂ ਬਾਹਰ ਕੱਢ ਕੇ ਸੁੱਟ ਮਾਰਿਆ ਸੀ। ਇਹ ਇੰਨੀ ਆਸਾਨੀ ਨਾਲ ਹਰਨ ਵਾਲੇ ਨਹੀਂ, ਇਹ ਸਿਰਫ ਆਪਣੀ ਭਲਾਈ ਦੇ ਬਾਰੇ ਨਹੀਂ ਸੋਚਦੇ, ਇਹ ਪੂਰੇ ਦੇਸ਼ ਦੀ ਜਨਤਾ ਨੂੰ ਆਪਣੇ ਨਾਲ ਲੈ ਕੇ ਚੱਲਦੇ ਹਨ। ਨਿਬੇੜਾ ਕਰ ਲਵੇ ਸਹੀ ਸਹੀ ਸੂਲਾਂ ਦੇ ਨਾਲ, ਕਿਹੜੀ ਕਿਹੜੀ ਚੀਜ਼ ਦੀ ਠੱਗੀ ਨੇ ਇਹਨਾਂ ਇਹਨੇ ਮਾਰੀ। ਅੱਜ ਮੁੱਕਦੇ ਹੋਏ ਸਾਵਾਂ ਲਈ ਦੋ ਦਿਲ ਦੇ ਬੋਲ ਸੁਣਾ ਲੈਣ ਦੇ। ਸਿੰਘੂ 'ਤੇ ਗੱਲ ਕਰਦੇ ਹੋਏ ਤੁਸੀਂ ਹਰ ਕਿਸੇ ਦੇ ਮੂੰਹੋਂ ਸਿਰਫ ਇਹੀ ਸੁਣੋਗੇ ਕਿ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਬਲਕਿ ਸਾਰਿਆਂ ਦਾ ਅੰਦੋਲਨ ਹੈ, ਪੂਰੀ ਖਲਕਤ ਦਾ ਅੰਦੋਲਨ। लॉकडाउन में लाखों रुपए का नुकसान हुआ ना, अब किसान के लिए इतना तो कर ही सकते हैं, उनकी पूरी ज़िंदगी की कमाई, उनकी पूरी ज़िंदगी की मेहनत एक पल में सरकार ख़त्म करना चाहती है। किसानों की अपनी लड़ाई नहीं है, हमारी लड़ाई लड़ रहे हैं। किसानों के घर में कभी फाका नहीं होगा, कभी भूखे नहीं मरेंगे, उनके सब कुछ होता है, राशन भी है, सब्ज़ी भी, सब उगाते हैं, उनके बच्चे भूखे नहीं मरेंगे, वो लड़ाई हमारे लिए लड़ रहे हैं। किसानों के इस आंदोलन का परिणाम की होगा ਇਹਦੇ ਬਾਰੇ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਹਨਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਨਿਊਜ਼ ਨੰਬਰ ਦੀ ਟੀਮ ਸਲਾਮ ਕਰਦੀ ਹੈ। ਉਹਨੇ
सहारी है आदि अजमाया ए आज मैनू भी यार अजमा लेण दे आज मैनू भी यार अजमा लेण दे।